पंजाब के डेली वेजेस कर्मचारियों के लिए अच्छी खबर है। पंजाब में 3 साल से ज्यादा काम कर चुके कच्चे कर्मचारियों के लिए पंजाब सरकार ने दीपावली से पहले बड़ा तोहफा दिया है। सरकार ने ऐसे कच्चे कर्मचारियों को रेगुलर करने का फैसला लिया है। चंडीगढ़ में पंजाब कैबिनेट सब कमेटी की बैठक हुई, जिसमें अलग अलग विभागों में कार्यरत कच्चे कर्मियों के भविष्य की खातिर अहम फैसला लिया गया। सरकार ने 3 साल पूरे कर चुके उन कर्मचारियों को स्थायी करने का फैसला किया है, जो नियमों के तहत पारदर्शी तरीके से भर्ती किए गए और सभी मापदंडों पर खरे उतरते हैं। डिप्टी सीएम सुखबीर सिंह बादल की अध्यक्षता में हुई बैठक में इस फैसले पर मोहर लगी है। इसके अलावा सब कमेटी की अगली बैठक में 10 साल से ज्यादा का समय पूरा कर चुके अस्थायी कर्मचारियों को स्थायी करने पर मोहर लग सकती है। ਜਿਹੜੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਜਿਹਨਾਂ ਦੀ ਰਿਕਰੂਟਮੈਂਟ ਹੋਈ ਸੀ, ਬਕਾਇਦਾ ਪਹਿਲਾਂ ਐਡਵਰਟਾਈਜਮੈਂਟ ਹੋਈ ਸੀ, ਪੋਸਟਾਂ ਜਿਹੜੀਆਂ ਐਗਜਿਸਟ ਕਰਦੀਆਂ ਸੀ, ਔਰ 3 ਸਾਲ ਤੋਂ ਵੱਧ ਦਾ ਸਮਾਂ ਜਿਹਨਾਂ ਦਾ ਹੋ ਗਿਆ, ਉਹ ਜਿਹੜਾ ਬੇਸਿਕ ਡਾਟਾ ਚਾਹੀਦਾ ਸੀ ਅੱਜ ਸਾਰੇ ਐਡਮਿਨਿਸਟ੍ਰੇਟਿਵ ਸੈਕਟਰੀ ਤੋਂ ਲੈ ਲਿਆ ਗਿਆ। ਤੌਰ ਤੇ ਤਾਂ ਜਿਹੜੇ ਬੰਦੇ ਸ਼ਰਤਾਂ ਪੂਰੀਆਂ ਕਰਦੇ ਆ, ਇੰਟਰਵਿਊ ਲੈ ਕੇ ਰੱਖੇ ਆ, ਅਰਜ਼ੀਆਂ ਲੈ ਮੰਗ ਕੇ ਰੱਖੇ ਆ, 3 ਸਾਲ ਹੋ ਗਏ ਨੇ, ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਤਾਂ ਅੱਜ ਕਰ ਦਿੱਤਾ ਅੱਜ। ਬਾਕੀ ਹਲੇ ਮਾੜਾ ਮੋਟਾ ਇਹਨਾਂ ਨੇ ਆਪਦੀਆਂ ਵੇਖਣਾ ਵੀ ਪੈਸੇ ਪੁੱਛਣ ਦਾ ਕੀ ਸਿਸਟਮ ਹੈ, ਕਿਉਂਕਿ ਕਈ ਸਕੀਮਾਂ ਸੈਂਟਰ ਦੀਆਂ ਵਿਚੜੀਆਂ ਵੀ ਨੇ, ਕੱਲਾ ਸਾਡਾ ਨਹੀਂ ਹੈਗਾ। ਬਾਕੀ ਜਿਹੜੇ ਬੰਦੇ ਹੋਰ ਨੇ, ਜਿਵੇਂ ਕੋਈ ਬੰਦਿਆਂ ਨੇ ਕਿਤੇ ਲੋਡ ਪਏ ਉਹ ਰੱਖ ਲਏ, ਉਹਨਾਂ ਨੂੰ ਵੀ 10-10 ਸਾਲ ਹੋ ਗਏ, 12-12 ਸਾਲ ਹੋ ਗਏ, ਉਹਨਾਂ ਵਾਸਤੇ ਮੀਟਿੰਗ ਫੇਰ ਹੋਏਗੀ। ਪੰਜਾਬ ਵਿਧਾਨ ਸਭਾ ਕੇ ਆਗਾਮੀ ਚੁਣਾਵ ਬੇਹੱਦ ਨਜ਼ਦੀਕ ਹੈ। ਇਸ ਬੀਚ ਸਰਕਾਰ ਕਾ ਤਾਜ਼ਾ ਫੈਸਲਾ ਸਰਕਾਰ ਔਰ ਕਰਮਚਾਰੀਓ ਕੀ ਦੂਰੀਓ ਕੋ ਕਮ ਕਰ ਸਕਤਾ ਹੈ। ਇਸ ਸੇ ਪਹਿਲੇ ਅਲਗ ਅਲਗ ਵਿਭਾਗੋਂ ਕੇ ਅਸਥਾਈ ਕਰਮਚਾਰੀ ਕਈ ਵਾਰ ਸਥਾਈ ਕਰਨੇ ਕੀ ਮੰਗ ਕੋ ਲੇਕਰ ਵਿਰੋਧ ਪ੍ਰਦਰਸ਼ਨ ਕਰਤੇ ਰਹੇ ਹੈਂ। ਪੁਨੀਤ ਪਰਿੰਜਾਲ, ਜ਼ੀ ਮੀਡੀਆ, ਚੰਡੀਗੜ੍ਹ।